ਡੌਗਸ ਤੇ ਜੀ ਦੇਖੋ ਸੜਕਾਂ ਦੇ ਉੱਤੇ ਇੰਨੇ ਭੁੱਖੇ ਆ, ਇੱਕ ਜਗ੍ਹਾ ਤੇ ਖੜੇ ਹੋ ਜਾਓ ਨਾ ਤੁਸੀਂ ਬੋਲ ਲੈ ਕੇ ਤੇ ਉਹ ਖੁਦ ਬਖੁਦ ਆ ਜਾਂਦੇ ਆ। ਤਕਰੀਬਨ 100 ਦੇ ਕਰੀਬ ਡੌਗਸ ਬਣ ਜਾਂਦੇ ਜਿਨ੍ਹਾਂ ਨੂੰ ਮੈਂ ਰੋਜ਼ ਖਾਣਾ ਪਾਉਂਦੀ ਹਾਂ। ਪਰ ਉਹ ਮੇਰੀ ਡਿੱਕੀ ਗੰਦੀ ਵੀ ਹੋ ਜਾਂਦੀ ਹੈ, ਮੈਨੂੰ ਡਰਾਈ ਕਲੀਨ ਵੀ ਕਰਾਉਣੀ ਪੈਂਦੀ ਹੈ, ਪਰ ਮੈਨੂੰ ਮਤਲਬ ਪਰਵਾਹ ਨਹੀਂ ਹੈ। ਮੈਂ ਆਪਣੇ ਉੱਤੇ ਜਿਹੜੇ ਖਰਚੇ ਆ ਉਹ ਘੱਟ ਕਰਕੇ ਅਤੇ ਇਹਨਾਂ ਦੇ ਉੱਤੇ ਜ਼ਿਆਦਾ ਕਰਦੀ ਹਾਂ। ਔਰ ਮੇਰਾ ਤਾਂ ਇੱਕ ਸੁਜੈਸ਼ਨ ਹੈ ਕਿ ਜੇ ਹਰ ਗਲੀ ਮੁਹੱਲੇ ਦੇ ਹਰ ਘਰ ਦੇ ਲੋਕ ਆਪਣੇ ਬਾਹਰ ਜਿਹੜੇ ਡੌਗਸ ਰਹਿੰਦੇ ਨੇ, ਕਮਿਊਨਿਟੀ ਡੌਗਸ ਜਿਨ੍ਹਾਂ ਨੂੰ ਕਿਹਾ ਜਾਣਾ ਚਾਹੀਦਾ, ਉਹਨਾਂ ਨੂੰ ਜੇ ਇੱਕ ਇੱਕ ਦੋ ਦੋ ਰੋਟੀਆਂ ਵੀ ਪਾ ਦੇਣ ਨਾ, ਤਾਂ ਇਹ ਡੌਗ ਇੰਨਾ ਵਫ਼ਾਦਾਰ ਜਾਨਵਰ ਹੈ ਕਿ ਕਦੀ ਤੁਹਾਨੂੰ ਜ਼ਿੰਦਗੀ 'ਚ ਨਹੀਂ ਕੱਟੇਗਾ। ਇਹ ਇਹ ਸੋਚ ਕੇ ਚੱਲੀਏ ਕਿ ਇਹ ਕਮਿਊਨਿਟੀ ਡੌਗ ਸਾਡੀ ਸੁਸਾਇਟੀ ਦੀ ਜ਼ਿੰਮੇਵਾਰੀ ਨੇ। ਅਸੀਂ ਸਿਰਫ ਆਪਣੇ ਲਈ ਨਹੀਂ ਜਿਉਣਾ, ਅਸੀਂ ਪਸ਼ੂ ਪੰਛੀਆਂ ਜਾਨਵਰਾਂ ਸਾਰਿਆਂ ਵਾਸਤੇ ਜਿਉਣਾ, ਪੇੜ ਪੌਦਿਆਂ ਵਾਸਤੇ ਜਿਉਣਾ। ਅੱਜ ਅਸੀਂ ਤੁਹਾਡੀ ਮੁਲਾਕਾਤ ਇੱਕ ਐਸੀ ਔਰਤ ਦੇ ਨਾਲ ਕਰਾਉਣ ਜਾ ਰਹੇ ਹਾਂ ਜਿਸ ਨੇ ਆਪਣੀ ਜ਼ਿੰਦਗੀ ਜਿਹੜੀ ਹੈ ਸਟਰੀਟ ਡੌਗਸ ਵਾਸਤੇ ਸਮਰਪਣ ਕਰਤੀ ਹੈ। ਜੇ ਉਹ ਔਰਤ ਹੈ ਜੋ ਕਿ ਆਪਣੇ ਨੇਕ ਕਮਾਈ 'ਚੋਂ ਹਜ਼ਾਰਾਂ ਰੁਪਈਏ ਮਹੀਨੇ ਦੇ ਖਰਚਦੇ ਨੇ ਅਤੇ ਜਿਹੜੇ ਸਟਰੀਟ ਡੌਗਸ ਨੇ ਉਹਨਾਂ ਵਾਸਤੇ ਫੀਡਿੰਗ ਤਿਆਰ ਕਰਦੇ ਨੇ, ਖੁਦ ਘਰ ਦੇ ਅੰਦਰ ਤਿਆਰ ਕਰਕੇ ਜਿਹੜਾ ਹੈ ਉਹਨਾਂ ਨੂੰ ਡਿਸਟ੍ਰੀਬਿਊਟ ਕਰਨ ਦਾ ਵੀ ਕੰਮ ਕਰਦੇ ਨੇ। ਤਾਂ ਤੁਸੀਂ ਦੇਖ ਸਕਦੇ ਹੋ ਕਿ ਰਿਟਾਇਰਡ ਪ੍ਰੋਫੈਸਰ ਜਿਹੜੇ ਨੇ ਇਸ ਵੇਲੇ ਸਾਡੇ ਨਾਲ ਮੌਜੂਦ ਨੇ, ਪਰਵਿੰਦਰ ਕੌਰ, ਜੋ ਕਿ ਇਹਨਾਂ ਡੌਗਸ ਵਾਸਤੇ ਕੰਮ ਕਰਦੇ ਨੇ। ਔਰ ਤੁਸੀਂ ਵੇਖੋ ਕਿ ਸਭ ਤੋਂ ਪਹਿਲਾਂ ਤਾਂ ਇਹਨਾਂ ਦੀ ਜਿਹੜੀ ਗੱਡੀ ਹੈ ਉਹ ਗੱਡੀ ਦੇ ਵਿੱਚ ਕਿਸ ਤਰੀਕੇ ਨਾਲ ਸਾਰਾ ਇਹਨਾਂ ਨੇ ਆਪਣਾ ਤਾਮ ਜਾਮ ਰੱਖਿਆ ਹੈ, ਹਰ ਚੀਜ਼ ਜਿਹੜੀ ਹੈ ਜਿਹਦੇ ਵਾਸਤੇ ਖਾਸ ਤੌਰ ਦੇ ਉੱਤੇ ਇਹਨਾਂ ਵੱਲੋਂ ਸਮਾਨ ਤਿਆਰ ਕੀਤਾ ਜਾਂਦਾ, ਗੱਲਬਾਤ ਕਰਾਂਗੇ। ਹਾਂਜੀ ਮੈਡਮ, ਕਿਵੇਂ ਇਸ ਦੀ ਸ਼ੁਰੂਆਤ ਹੋਈ ਅਤੇ ਕਿਵੇਂ ਇਹ ਸਫ਼ਰ ਚੱਲਿਆ ਔਰ ਕੀ ਕੁਛ ਤੁਸੀਂ ਡੌਗਸ ਨੂੰ ਦਿੰਦੇ ਹੋ? ਮੇਰਾ ਨਾਮ ਜੀ ਰੁਪਿੰਦਰ ਹੈ। ਰੁਪਿੰਦਰ, ਹਾਂਜੀ। ਅਤੇ ਸ਼ੁਰੂ ਦੇ ਵਿੱਚ ਮੈਂ ਆਪਣੇ ਡੌਗ ਦੇ ਨਾਲ ਜਾਂਦੀ ਹੁੰਦੀ ਸੀ ਵਾਕ ਦੇ ਉੱਤੇ, ਅਤੇ ਮੈਂ ਦੇਖਿਆ ਇੱਕ ਇੰਜੁਰਡ ਫੀਮੇਲ ਡੌਗ ਹੈ, ਉਹ ਇੱਕੋ ਜਗ੍ਹਾ 'ਤੇ ਬੈਠੀ ਹੁੰਦੀ ਸੀ। ਇੱਕ ਦੋ ਦਿਨ ਮੈਂ ਉਹਨੂੰ ਵਾਚ ਕੀਤਾ ਔਰ ਉਸ ਤੋਂ ਬਾਅਦ ਮੇਰੇ ਮਨ 'ਚ ਆਇਆ ਕਿ ਨਹੀਂ, ਮੈਨੂੰ ਚਾਹੀਦਾ ਹੈ ਕਿ ਮੈਂ ਇਹਨੂੰ ਕੁਝ ਖਾਣਾ ਪਾਵਾਂ। ਮੈਂ ਉਹਨੂੰ ਪਾਇਆ, ਉਹ ਇੱਕ ਨੂੰ ਦੇਖ ਕੇ ਦੋ ਹੋਰ ਆ ਗਏ, ਚਾਰ ਆ ਗਏ, ਅੱਠ ਆ ਗਏ, 10 ਆ ਗਏ। ਇਸ ਤਰ੍ਹਾਂ ਡੌਗਸ ਦੀ ਜਿਹੜੀ ਹੈ ਨਾ ਸੰਖਿਆ ਵੱਧਦੀ ਜਾਂਦੀ, ਕਿਉਂਕਿ ਰਿਐਲਿਟੀ ਇਹ ਹੈ ਕਿ ਇਹ ਵਿਚਾਰੇ ਸੜਕਾਂ ਦੇ ਉੱਤੇ ਭੁੱਖੇ ਹੁੰਦੇ ਆ, ਪਿਆਸੇ ਹੁੰਦੇ ਆ। ਔਰ ਇਹ ਇਹ ਇੱਕ ਸ਼ੁਰੂਆਤ ਸੀ ਜਿਹਦੇ ਤੋਂ ਮੈਂ ਫਿਰ ਵੱਧਦਾ ਵੱਧਦਾ ਕੰਮ ਮੇਰਾ ਜ਼ਿਆਦਾ ਵੱਧ। ਕੀ ਕੁਛ ਤੁਸੀਂ ਦਿੰਦੇ ਹੋ ਉਹਨਾਂ ਡੌਗਸ ਨੂੰ? ਇਹਨਾਂ ਵਾਸਤੇ ਮੈਂ ਦਲੀਆ, ਚਾਵਲ ਔਰ ਚਿਕਨ ਜਿਹੜਾ ਉਹ ਸਾਰਾ ਕੁੱਕ ਕਰਦੀ ਹਾਂ ਔਰ ਖੁਦ ਹੀ ਕੁੱਕ ਕਰਦੀ ਹਾਂ। ਇਸ ਤੋਂ ਇਲਾਵਾ ਬ੍ਰੈਡ ਹੁੰਦੀ ਹੈ, ਕਿਉਂਕਿ ਕਈ ਬੱਚੇ ਜਿਹੜੇ ਆ ਉਹ ਦਲੀਆ ਨਹੀਂ ਖਾਂਦੇ, ਚਾਵਲ ਨਹੀਂ ਖਾਂਦੇ, ਉਹਨਾਂ ਨੂੰ ਬ੍ਰੈਡ, ਦੁੱਧ ਜਾਂ ਬਿਸਕਿਟ ਵੀ, ਕਈ ਸਿਰਫ ਬਿਸਕਿਟ ਹੀ ਖਾਂਦੇ ਆ, ਉਹਨਾਂ ਨੂੰ ਬਿਸਕਿਟ ਵੀ ਪਾਉਂਦੀ ਹਾਂ, ਸੋ ਦੁੱਧ ਵੀ ਲੈ ਕੇ ਆਉਂਦੀ ਹਾਂ। ਇਹ ਸਾਰਾ ਕੁਛ ਇਹਨਾਂ ਵਾਸਤੇ। ਰੋਟੀਆਂ ਵੀ ਬਣਾਉਂਦੀ ਹਾਂ ਮੈਂ ਖਾਸ, 20-25 ਰੋਟੀਆਂ ਰੋਜ਼ ਇਹਨਾਂ ਵਾਸਤੇ ਹੀ ਬਣਦੀਆਂ ਨੇ। ਹਾਂਜੀ ਮੈਡਮ, ਫਿਰ ਕਿਵੇਂ ਡੌਗਸ ਲੱਭਣੇ ਫਿਰ ਕਿਵੇਂ ਸ਼ੁਰੂ ਕੀਤੇ? ਡੌਗਸ ਤੇ ਜੀ ਦੇਖੋ ਸੜਕਾਂ ਦੇ ਉੱਤੇ ਇੰਨੇ ਭੁੱਖੇ ਆ, ਇੱਕ ਜਗ੍ਹਾ ਤੇ ਖੜੇ ਹੋ ਜਾਓ ਨਾ ਤੁਸੀਂ ਬੋਲ ਲੈ ਕੇ ਤੇ ਉਹ ਖੁਦ ਬਖੁਦ ਆ ਜਾਂਦੇ ਆ, ਖੁਦ ਬਖੁਦ ਆ ਜਾਂਦੇ ਆ। ਤੇ ਕਿੰਨੇ ਟਾਈਮ ਪਾਉਂਦੇ ਹੋ ਜੀ ਇਹਨਾਂ ਨੂੰ? ਮੈਂ ਇੱਕ ਇੱਕ ਸਪੋਟ ਉੱਤੇ ਤਾਂ ਇੱਕੋ ਵਾਰੀ ਪਾਉਂਦੀ ਹਾਂ, ਪਰ ਮੈਂ ਦਿਨ ਵਿੱਚ ਟੋਟਲ 20-25 ਸਪੋਟਸ ਨੇ ਜਿਨ੍ਹਾਂ ਉੱਤੇ ਘੱਟੋ ਘੱਟ 5-5-6-6 ਡੌਗਸ ਹੈਗੇ ਨੇ। ਸੋ ਤਕਰੀਬਨ 100 ਦੇ ਕਰੀਬ ਡੌਗਸ ਬਣ ਜਾਂਦੇ ਜਿਨ੍ਹਾਂ ਨੂੰ ਮੈਂ ਰੋਜ਼ ਖਾਣਾ ਪਾਉਂਦੀ ਹਾਂ। ਇਸ ਤੋਂ ਇਲਾਵਾ ਸਾਡੀ ਇੱਕ ਸੰਸਥਾ ਹੈਗੀ SPCA, ਉੱਥੇ ਵੀ ਮੈਂ ਇੱਕ ਟਾਈਮ ਦਾ ਮੀਲ ਦਿੰਦੀ ਹਾਂ, ਉੱਥੇ ਵੀ ਦਲੀਆ, ਚਾਵਲ, ਚਿਕਨ ਦਿੰਦੀ ਹਾਂ। ਦਿਨ 'ਚ ਦੋ ਵਾਰੀ ਜਾਂਦੇ ਹੋ? ਹਾਂਜੀ, ਦੋ ਵਾਰੀ ਖਾਣਾ ਪਾਉਂਦੀ ਹਾਂ। ਇੱਕ ਵਾਰੀ ਸਵੇਰੇ ਪਾਉਂਦੀ ਹਾਂ, 7 ਵਜੇ ਨਿਕਲਦੀ ਹਾਂ ਅਤੇ 10 ਵਜੇ ਤੱਕ ਪਾਉਂਦੀ ਹਾਂ। ਫਿਰ ਮੈਂ ਆਪਣੇ ਆਫਿਸ ਜਾਂਦੀ ਹਾਂ, ਮੈਂ ਮੈਂਬਰ ਹਾਂ ਚਾਈਲਡ ਵੈਲਫੇਅਰ ਕਮੇਟੀ ਦੀ, ਰਿਟਾਇਰਮੈਂਟ ਤੋਂ ਬਾਅਦ ਮੈਂ ਉੱਥੇ ਲੱਗ ਗਈ ਸੀ।
ਅਤੇ ਉਸ ਤੋਂ ਬਾਅਦ ਫਿਰ ਮੈਂ 12:30 ਵਜੇ ਤੋਂ ਲੈ ਕੇ 3:30 ਵਜੇ ਤੱਕ ਫਿਰ ਦੁਬਾਰਾ ਜਿਹੜੇ ਸਵੇਰੇ ਰਹਿ ਜਾਂਦੇ ਆ ਉਹਨਾਂ ਨੂੰ ਪਾਉਂਦੀ ਹਾਂ। ਗੱਡੀ ਕਾਫੀ ਜ਼ਬਰਦਸਤ ਬਣਾਈ ਹੈ, ਕੀ ਹੈ ਗੱਡੀ 'ਚ, ਕੀ ਗੱਡੀ ਇਹ ਵੀ ਲਿੱਤੀ ਸਪੈਸ਼ਲ? ਇਸੇ ਕਰਕੇ ਲਿੱਤੀ ਸੀ ਕਿ ਪਹਿਲਾਂ ਮੇਰੇ ਕੋਲ ਵੈਗਨਆਰ ਸੀ, ਉਹਦੇ ਵਿੱਚ ਮੁਸ਼ਕਿਲ ਆਉਂਦੀ ਸੀ ਸਮਾਨ ਰੱਖਣ ਦੀ, ਸੋ ਇਹਦੇ ਵਿੱਚ ਖੁੱਲ੍ਹਾ ਡੁੱਲਾ ਸਮਾਨ ਆ ਜਾਂਦਾ। ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਤੁਹਾਨੂੰ ਅਸੀਂ ਗੱਡੀ ਦੀ ਡਿੱਕੀ ਦਿਖਾਉਂਦੇ ਹਾਂ, ਤੁਸੀਂ ਦੇਖੋ ਇਹ ਡਿੱਕੀ ਵੱਡੀ ਕਰਕੇ ਗੱਡੀ ਲਿੱਤੀ। ਹਾਂਜੀ, ਤਾਂ ਕਿ ਇਹਨਾਂ ਦਾ ਸਮਾਨ ਆ ਜਾਏ, ਔਰ ਉਹ ਮੇਰੀ ਡਿੱਕੀ ਗੰਦੀ ਵੀ ਹੋ ਜਾਂਦੀ ਹੈ, ਮੈਨੂੰ ਡਰਾਈ ਕਲੀਨ ਵੀ ਕਰਾਉਣੀ ਪੈਂਦੀ ਹੈ, ਪਰ ਮੈਨੂੰ ਮਤਲਬ ਪਰਵਾਹ ਨਹੀਂ ਹੈ ਕਿ ਚਲੋ। ਹੁਣ ਡੋਗਸ ਖਾ ਰਹੇ ਨੇ ਜੀ? ਹਾਂਜੀ, ਡੋਗਸ ਦੇਖੋ ਜੀ ਖਾ ਲਿਆ ਇਹਨਾਂ ਨੇ, ਅਤੇ ਉਹ ਅਗਲੇ ਜਿਹੜੇ ਨੇ ਉਹ ਉੱਥੇ ਵੇਟ ਕਰ ਰਹੇ ਨੇ, ਉਹ ਜਿਹੜੇ ਦੌੜ ਭੱਜ ਰਹੇ ਨੇ ਅੱਗੇ, ਉਹਨਾਂ ਕੋਲ ਮੈਂ ਇੱਧਰੋਂ ਦੀ ਘੁੰਮ ਕੇ ਫਿਰ ਉਹਨਾਂ ਕੋਲ ਆਉਣਾ, ਅਦਰਵਾਈਜ਼ ਇਹ ਆਪਸ ਵਿੱਚ ਫਿਰ ਕਲੈਸ਼ ਕਰਨਗੇ। ਹਾਂਜੀ ਮੈਡਮ, ਫਿਰ ਇਹਦਾ ਖਰਚਾ ਕਿਵੇਂ ਕਰਦੇ ਹੋ, ਕਿੰਨਾ ਖਰਚਾ ਹੈ ਔਰ ਕਿਵੇਂ ਕਰਦੇ ਹੋ, ਦੋ ਸਵਾਲ ਨੇ ਇਕੱਠੇ। ਖਰਚਾ ਤਾਂ ਜੀ ਹੋ ਜਾਂਦਾ, ਮਤਲਬ 20-25 ਹਜ਼ਾਰ ਹੋ ਜਾਂਦਾ ਇਹਦਾ ਵੀ ਪਾ ਕੇ, ਔਰ ਐਸ ਪੀ ਸੀ ਏ ਦਾ ਜਿਹੜਾ ਖਰਚਾ ਦੋਨਾਂ ਦਾ ਪਾ ਕੇ ਮਹੀਨੇ ਦਾ। ਅਤੇ ਬਸ ਇਹੋ ਹੀ ਹੈ ਕਿ ਮੇਰੇ ਕੋਈ ਬਹੁਤ ਜ਼ਿਆਦਾ ਤਾਂ ਰਿਸੋਰਸਿਸ ਹੈ ਨਹੀਂ ਹੈ, ਮੈਂ ਆਪਣੇ ਉੱਤੇ ਜਿਹੜੇ ਖਰਚੇ ਆ ਉਹ ਘੱਟ ਕਰਕੇ ਅਤੇ ਇਹਨਾਂ ਦੇ ਉੱਤੇ ਜ਼ਿਆਦਾ ਕਰਦੀ ਹਾਂ, ਕਿਉਂਕਿ ਮਤਲਬ ਮੈਂ ਕਈ ਵਾਰੀ ਸੋਚਦੀ ਵੀ ਹਾਂ ਕਿ ਇੰਨਾ ਖਰਚਾ ਹੈ, ਪਰ ਫਿਰ ਮੈਨੂੰ ਪਰਵਾਹ ਨਹੀਂ ਆਉਂਦੀ, ਜਦੋਂ ਮੈਂ ਇਹਨਾਂ ਨੂੰ ਪਾਉਣ ਲੱਗਦੀ ਹਾਂ ਤਾਂ ਫਿਰ ਮੈਂ ਸੈਕਿੰਡ ਟਾਈਮ ਨਹੀਂ ਸੋਚਦੀ। ਆਉਂਦੇ ਕਿੱਥੋਂ ਆ, ਇੰਨੇ ਪੈਸੇ ਕਿੱਥੋਂ ਆਉਂਦੇ? 25,000 ਪੈਸੇ ਜੀ ਆਈ ਜਾਂਦੇ ਆ, ਇਹ ਇੱਕ ਰਿਐਲਿਟੀ ਹੈ। ਮੈਨੂੰ ਮੈਂ ਕਦੀ ਕਿਸੇ ਦੀ ਇਹ ਗੱਲ ਸੁਣੀ ਸੀ ਕਿ ਜੇ ਤੁਸੀਂ ਦਿੰਦੇ ਹੋ ਤਾਂ ਤੁਹਾਡੇ ਕੋਲ ਪੈਸੇ ਆ ਜਾਂਦੇ ਆ, ਮਤਲਬ ਕੁਝ ਤਾਂ ਮੇਰੀ ਇਨਵੈਸਟਮੈਂਟ ਹੈਗੀ ਹੈ ਨਾ, ਮੈਂ ਰਿਟਾਇਰ ਹਾਂ, ਪ੍ਰੋਫੈਸਰ ਹਾਂ ਕਾਲਜ ਤੋਂ, ਅਤੇ ਪੈਸੇ ਇੱਕ ਰਿਐਲਿਟੀ ਹੈ ਕਿ ਜਿੰਨਾ ਤੁਸੀਂ ਇਸ ਤਰ੍ਹਾਂ ਦੇ ਕੰਮ ਉੱਤੇ ਖਰਚੋਗੇ ਰੱਬ ਦੇਵੇਗਾ, ਔਰ ਰੱਬ ਦਿੰਦਾ ਹੈ, ਦਿਸ ਇਜ਼ ਅ ਰਿਐਲਿਟੀ। ਮਤਲਬ 25,000 ਰੁਪਏ ਮਹੀਨਾ ਤੁਸੀਂ ਆਪਣਾ ਖਰਚ ਕਰ, ਇਹਨਾਂ ਦੇ ਉੱਤੇ ਖਰਚ ਕਰ। ਫੈਮਿਲੀ 'ਚ ਹੋਰ ਕੋਈ ਸਪੋਰਟਿਵ ਨੇ ਸਾਰੇ ਫਾਈਨੈਂਸ਼ੀਅਲੀ? ਯੈਸ। ਨਹੀਂ, ਸਪੋਰਟ ਮੋਰਲੀ ਸਪੋਰਟ ਕਰਦੀ? ਮੋਰਲੀ ਤਾਂ ਬਹੁਤ ਕਰਦੇ ਆ, ਮੋਰਲੀ ਤਾਂ ਬਹੁਤ ਕਰਦੇ ਆ, ਫਾਈਨੈਂਸ਼ੀਅਲੀ ਵੀ ਕਦੀ ਕਦਾਈ ਕਰ ਦਿੰਦੇ ਆ। ਮੇਰੀ ਬੇਟੀ ਬਾਹਰ ਹੈ, ਕੈਨੇਡਾ ਹੈ, ਉਹ ਮੈਨੂੰ ਬਹੁਤ ਵਾਰੀ ਕਹਿੰਦੀ ਹੈ, ਉਹ ਖੁਦ ਬੜੀ ਡੋਗ ਲਵਰ ਹੈ, ਉਹ ਮੈਨੂੰ ਕਹਿੰਦੀ ਹੈ ਕਿ ਜਦੋਂ ਤੁਹਾਨੂੰ ਪੈਸੇ ਦੀ ਕਮੀ ਲੱਗੀ ਤੁਸੀਂ ਮੈਨੂੰ ਦੱਸਿਓ, ਮੈਂ ਭੇਜਾਂਗੀ, ਪਰ ਤੁਸੀਂ ਇਹਨਾਂ ਦਾ ਕੰਮ ਬੰਦ ਨਹੀਂ ਕਰਨਾ। ਹਾਂ, ਜਦੋਂ ਇੱਥੇ ਸੀ ਉਹ ਵੀ ਬਹੁਤ ਕਰਦੀ ਸੀ ਕੰਮ, ਹਾਲੇ ਵੀ ਉਹ ਕਈ ਇੱਕ ਸੰਸਥਾਵਾਂ ਨੂੰ ਡੋਨੇਟ ਕਰਦੀ ਹੈ ਉੱਥੋਂ ਵੀ। ਤਾਂ ਤੁਸੀਂ ਇਹ ਕਾਫਲਾ ਚੱਲਦਾ ਰਹਿੰਦਾ, ਸਵੇਰੇ ਕਿੰਨੇ ਵਜੇ ਘਰੋਂ ਨਿਕਲਦੇ ਹੋ? 7 ਵਜੇ ਨਿਕਲਦੀ ਹਾਂ। ਆਪ ਹੀ ਸਾਰਾ ਸਮਾਨ ਰੱਖਦੇ ਹੋ? ਕਿਸੇ ਵੇਲੇ ਕਿਉਂਕਿ ਮੇਰੀ ਥੋੜ੍ਹੀ ਪ੍ਰੋਬਲਮ ਹੋਵੇ ਅਤੇ ਫੀਡਿੰਗ ਦਿੱਤੀ ਗਈ ਹੈ, ਤਾਂ ਫੀਡਿੰਗ ਦੇਣ ਤੋਂ ਬਾਅਦ ਉਹਨਾਂ ਜਿਹੜਾ ਹੈ ਉਹਨਾਂ ਵਾਸਤੇ ਜੋ ਬਾਕੀ ਜਿਹੜੇ ਡੋਂਗੇ ਹੁੰਦੇ ਆ ਉਹਨਾਂ ਨੂੰ ਤੁਸੀਂ ਦੇਖੋ, ਬਕਾਇਦਾ ਤੌਰ ਦੇ ਉੱਤੇ ਖੁਦ ਦੇ ਵਿੱਚ ਰੱਖਿਆ ਜਾਂਦਾ ਹੈ, ਤਾਂ ਇਹ ਇੱਕ ਅਲੱਗ ਤਰੀਕੇ ਦਾ ਸਮਾਜ ਸੇਵਾ ਤੁਹਾਨੂੰ ਦੱਸ ਰਹੇ ਹਾਂ, ਕਿਉਂਕਿ ਸੜਕ 'ਤੇ ਇਹਨਾਂ ਆਵਾਰਾ ਕੁੱਤਿਆਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੁੰਦਾ। ਤਾਂ ਮੈਡਮ, ਬਹੁਤ ਸਾਰੇ ਲੋਕ ਹੈ ਡੋਗਸ ਪ੍ਰਤੀ ਨਫ਼ਰਤ ਵੀ ਕਰਦੇ ਨੇ, ਕਈ ਵਾਰ ਦੇਖਦੇ ਹਾਂ ਕਿ ਇਹਨਾਂ ਨੂੰ ਇੱਟ ਮਾਰਦੇ ਆ, ਔਰ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਬੜਾ ਅਫਸੋਸਨਾਕ ਹੈ, ਕਈ ਲੋਕ ਤਾਂ ਇਸ ਤਰ੍ਹਾਂ ਹੈ ਕਿ ਡੋਗਸ ਦੇ ਨਾਮ ਤੋਂ ਹੀ ਜਿਵੇਂ ਉਹਨਾਂ ਨੂੰ ਐਲਰਜੀ ਹੈ। ਮੈਂ ਮੰਨਦੀ ਹਾਂ ਕਿ ਚਲੋ ਕਿਸੇ ਟਾਈਮ ਕੋਈ ਡੋਗ ਬਾਈਟ ਹੋ ਜਾਂਦਾ, ਡੋਗ ਬਾਈਟ ਅੱਜ ਦੀ ਡੇਟ 'ਚ 100 ਤੋਂ ਵੱਧ ਡੋਗ ਬਾਈਟ ਹੈ ਰੋਜ਼ ਦੇ। ਮੈਂ ਉਹੀ ਕਹਿਣ ਲੱਗੀ ਸੀ ਕਿ ਡੋਗ ਬਾਈਟ ਹੋ ਜਾਂਦੀ ਹੈ, ਹੁੰਦੀ ਹੈ ਕਿਸੇ ਟਾਈਮ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ, ਪਰ ਸਾਨੂੰ ਇੱਕ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਕਿ ਅਸੀਂ ਇਨਸਾਨ ਹਾਂ, ਉਹ ਜਾਨਵਰ ਨੇ, ਉਹ ਭੁੱਖੇ ਨੇ, ਪਿਆਸੇ ਨੇ, ਜ਼ਖਮੀ ਨੇ, ਉਹਨਾਂ ਦੀ ਕੋਈ ਫਿਜ਼ੀਕਲ ਮੈਂਟਲ ਕੋਈ ਪ੍ਰੋਬਲਮ ਹੈਗੀ ਹੈ,
ਔਰ ਮੇਰਾ ਤਾਂ ਇੱਕ ਸੁਜੈਸ਼ਨ ਹੈ ਕਿ ਜੇ ਹਰ ਗਲੀ ਮੁਹੱਲੇ ਦੇ ਹਰ ਘਰ ਦੇ ਲੋਕ ਆਪਣੇ ਬਾਹਰ ਜਿਹੜੇ ਡੋਗਸ ਰਹਿੰਦੇ ਨੇ, ਕਮਿਊਨਿਟੀ ਡੋਗਸ ਜਿਨ੍ਹਾਂ ਨੂੰ ਕਿਹਾ ਜਾਣਾ ਚਾਹੀਦਾ, ਉਹਨਾਂ ਨੂੰ ਜੇ ਇੱਕ ਇੱਕ ਦੋ ਦੋ ਰੋਟੀਆਂ ਵੀ ਪਾ ਦੇਣ ਨਾ, ਤਾਂ ਇਹ ਡੋਗ ਇੰਨਾ ਵਫ਼ਾਦਾਰ ਜਾਨਵਰ ਹੈ ਕਿ ਕਦੀ ਤੁਹਾਨੂੰ ਜ਼ਿੰਦਗੀ 'ਚ ਨਹੀਂ ਕੱਟੇਗਾ। ਤੁਹਾਨੂੰ ਕੱਟਦੇ ਨਹੀਂ, ਵੱਡੇ ਵੱਡੇ ਡੋਗਸ ਵੀ ਮੈਨੂੰ ਨਹੀਂ ਕੱਟਦੇ। ਪਰੇਸ਼ਾਨੀ ਹੁੰਦੀ ਹੈ, ਕਈ ਵਾਰ ਕੁੱਤੇ ਬੱਚਿਆਂ ਨੂੰ ਖਾ ਜਾਂਦੇ ਨੇ, ਤਾਂ ਉਹਦਾ ਹੱਲ ਕੱਢਣਾ ਚਾਹੀਦਾ, ਕਿਉਂਕਿ ਕੋਈ ਡੋਗ ਲਵਰ ਵੀ ਨੇ, ਹਰ ਸਿੱਕੇ ਦੇ ਦੋ ਪਹਿਲੂ ਨੇ। ਕਈ ਲੋਕ ਕਹਿ ਰਹੇ ਨੇ, ਪਰ ਉਹ ਵੀ ਤਾਂ ਇਨਸਾਨੀਅਤ ਨਾਲ ਵੀ ਤਾਂ ਧੱਕਾ ਹੀ ਹੈ ਨਾ। ਨਹੀਂ, ਇਨਸਾਨੀਅਤ ਨਾਲ ਧੱਕਾ ਹੈ, ਪਰ ਇਨਸਾਨ ਨੂੰ ਆਪਣਾ ਇੱਕ ਤਾਂ ਪਹਿਲੀ ਚੀਜ਼ ਇਹ ਹੈ ਕਿ ਜਿਹੜੇ ਡੋਗਸ ਨੇ ਉਹਨਾਂ ਦੀ, ਜਿਵੇਂ ਅਸੀਂ ਵੀ ਜਿੰਨੇ ਇਹ ਸਾਰੇ ਡੋਗਸ ਨੇ ਇਹਨਾਂ ਦੀ ਮੈਂ ਸਟਰਲਾਈਜੇਸ਼ਨ ਕੈਂਪਾਂ ਵਿੱਚ ਜਾ ਕੇ ਕਰਵਾ ਦਿੱਤੀ ਹੋਈ ਹੈ। ਪਹਿਲੀ ਗੱਲ ਤਾਂ ਇਹ ਕਰੀਏ ਕਿ ਇਹਨਾਂ ਦੀ ਸੰਖਿਆ ਜਿਹੜੀ ਹੈ ਉਹ ਘੱਟ ਜਾਵੇ। ਦੂਸਰੀ ਗੱਲ, ਇਹਨਾਂ ਦੀਆਂ ਨੀਡਸ ਦਾ ਖਿਆਲ ਰੱਖੀਏ। ਪਹਿਲੀ ਗੱਲ ਮੈਂ ਕਹੀ ਨਾ ਕਿ ਜੇ ਤੁਸੀਂ ਬੱਚਿਆਂ ਨੂੰ ਇਹੋ ਹੀ ਸਿਖਾਓਗੇ ਕਿ ਇਹਨਾਂ ਨੂੰ ਰੋੜਾ ਮਾਰਨਾ ਹੈ, ਜੇ ਬੱਚਾ ਰੋੜਾ ਹੀ ਮਾਰੇਗਾ ਤਾਂ ਡੋਗ ਕੱਟੇਗਾ ਹੀ ਕੱਟੇਗਾ। ਜੇ ਬੱਚਾ ਉਹਨੂੰ ਪਿਆਰ ਨਾਲ ਦੋ ਫੁਲਕੇ ਪਾ ਦੇਗਾ, ਰੋਟੀ ਪਾ ਦੇਗਾ, ਪਾਣੀ ਪਾ ਦੇਗਾ, ਦੁੱਧ ਪਾ ਦੇਗਾ। ਮੈਂ ਕਈ ਵਾਰੀ ਦੇਖਦੀ ਹਾਂ ਘਰਾਂ ਦੇ ਬਾਹਰ ਲੋਕਾਂ ਨੇ ਪਿਆਲੇ ਤਾਂ ਰੱਖੇ ਹੁੰਦੇ ਆ, ਪਰ ਉਹ ਸੁੱਕੇ ਹੁੰਦੇ ਆ, ਪਾਣੀ ਵੀ ਨਹੀਂ ਹੁੰਦਾ। ਗਰਮੀ ਦੇ ਦਿਨਾਂ ਵਿੱਚ ਜਿਹੜਾ ਪਿਆਸਾ ਡੋਗ ਸੜਕ 'ਤੇ ਘੁੰਮ ਰਿਹਾ ਹੈ, ਜੇ ਉਹਨੂੰ ਤੁਸੀਂ ਇਰੀਟੇਟ ਕਰੋਗੇ ਤਾਂ ਉਹ ਕੀ ਕਰੇਗਾ, ਉਹਦਾ ਕੀ ਰਿਐਕਸ਼ਨ ਹੋਏਗਾ? ਉਹ ਤਾਂ ਜਾਨਵਰ ਹੈ ਨਾ। ਅਸੀਂ ਇਨਸਾਨ ਕਈ ਵਾਰੀ ਇਰੀਟੇਟ ਹੋ ਜਾਂਦੇ ਹਾਂ ਆਪਣੇ ਤੋਂ ਉਲਟ ਜਿਹੜੇ ਹਾਲਾਤ ਨੇ ਉਹਨਾਂ ਵਿੱਚ, ਅਤੇ ਇਹ ਸੋਚ ਕੇ ਚੱਲੀਏ ਕਿ ਇਹ ਕਮਿਊਨਿਟੀ ਡੋਗ ਸਾਡੀ ਸੁਸਾਇਟੀ ਦੀ ਜ਼ਿੰਮੇਵਾਰੀ ਨੇ। ਅਸੀਂ ਸਿਰਫ ਆਪਣੇ ਲਈ ਨਹੀਂ ਜਿਉਣਾ, ਅਸੀਂ ਪਸ਼ੂ ਪੰਛੀਆਂ ਜਾਨਵਰਾਂ ਸਾਰਿਆਂ ਵਾਸਤੇ ਜਿਉਣਾ, ਪੇੜ ਪੌਦਿਆਂ ਵਾਸਤੇ ਜਿਉਣਾ। ਤਾਂ ਹੁਣ ਜ਼ਿੰਦਗੀ ਦਾ ਟੀਚਾ ਕੀ ਹੈ? ਤੁਹਾਡੀ ਏਜ ਕਿੰਨੀ? ਮੈਂ 65 ਪਲੱਸ ਹਾਂ, 65 ਦੀ ਹਾਂ। ਪਰ ਜ਼ਿੰਦਗੀ ਇਹਨਾਂ ਨੂੰ ਸਮਰਪਿਤ ਹੈ ਆਲਮੋਸਟ ਇਹਨਾਂ ਵਾਸਤੇ ਹੀ ਹੈ। ਹਾਂਜੀ, ਕਰਦੇ ਰਹੋਗੇ ਜ਼ਿੰਦਗੀ 'ਚ? ਹਾਂ, ਜਦ ਤੱਕ ਮੇਰੇ ਸਰੀਰ 'ਚ ਹਿੰਮਤ ਰਹੇਗੀ, ਜਦ ਤੱਕ ਜੇਬ ਵਿੱਚ ਪੈਸੇ ਰਹਿਣਗੇ, ਉਦੋਂ ਤੱਕ ਇਹਨਾਂ ਦਾ ਕਰਦੀ ਰਹਾਂਗੀ। ਕਾਫਲਾ ਚੱਲਦਾ ਰਹੇ? ਬਿਲਕੁਲ, ਔਰ ਮੈਂ ਚਾਹੁੰਦੀ ਹਾਂ ਕਿ ਮਤਲਬ ਇਹ ਕਾਫਲਾ ਜ਼ਿਆਦਾ ਵੱਡਾ ਹੋਵੇ, ਜ਼ਿਆਦਾ ਲੋਕ ਇਹਦੇ ਵਿੱਚ ਜੁੜਨ। ਔਰ ਹਰ ਇੱਕ ਅੱਗੇ ਮੇਰੀ ਇਹ ਕੋਈ ਬੇਨਤੀ ਹੈ ਕਿ ਆਪਣੇ ਘਰ ਦੇ ਬਾਹਰ ਕੋਈ ਭੁੱਖਾ ਡੋਗ ਨਾ ਬੈਠਣ ਦਵੋ, ਉਹਦਾ ਜੇ ਇਲਾਜ ਹੋ ਸਕਦਾ ਉਹ ਕਰਵਾਓ, ਉਹਨੂੰ ਪਾਣੀ ਦਿਓ, ਖਾਣ ਵਾਸਤੇ ਦਿਓ, ਫੁਲਕੇ ਦਿਓ, ਉਹ ਤੁਹਾਨੂੰ ਨਹੀਂ ਕੱਟੇਗਾ। ਮੈਂ ਤਾਂ ਜੀ ਦਵਾਈਆਂ ਵੀ ਰੱਖੀਆਂ ਹੋਈਆਂ ਨੇ, ਜਿਹੜਾ ਕੋਈ ਜ਼ਖਮੀ ਹੁੰਦਾ ਉਹਨੂੰ ਦਵਾਈ ਵੀ ਪਾ ਦਿੰਦੀ ਹਾਂ। ਬਿਲਕੁਲ, ਤਾਂ ਇੱਕ ਮੁਲਾਕਾਤ ਕਰਾਈ ਹੈ ਇੱਕ ਉਸ ਔਰਤ ਦੇ ਨਾਲ ਜੋ ਕਿ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਦਾ ਟੀਚਾ ਆਪਣੀ ਜ਼ਿੰਦਗੀ ਨਹੀਂ ਸੀ ਬਲਕਿ ਉਹ ਡੋਗ ਸੀ ਜਿਹੜੇ ਕਿ ਸੜਕਾਂ 'ਤੇ ਹੁੰਦੇ ਨੇ, ਤਾਂ ਉਹਨਾਂ ਵਾਸਤੇ ਆਪਣੀ ਜ਼ਿੰਦਗੀ ਦਾ ਇੱਕ ਅਨਮੋਲ ਜੋ ਉਹਨਾਂ ਕੋਲ ਪੈਸਾ ਸੀ, ਜੋ ਖਜ਼ਾਨਾ ਜੋ ਕਿ ਰਿਟਾਇਰਮੈਂਟ ਤੋਂ ਬਾਅਦ ਆਉਂਦਾ ਹੈ, ਉਹ ਸਾਰਾ ਉਹਨਾਂ ਨੇ ਉਹਨਾਂ ਡੋਗਸ ਦੇ ਉੱਤੇ ਖਰਚ ਕਰਦੇ ਨੇ। ਔਰ ਸਭ ਤੋਂ ਵੱਡੀ ਗੱਲ ਹੈ ਕਿ ਕਿਸੇ ਦੇ ਅੱਗੇ ਹੱਥ ਨਹੀਂ ਫੈਲਾਉਂਦੇ, ਆਪਣੀ ਹੀ ਕਮਾਈ ਦੇ ਨਾਲ ਇਸ ਸਾਰੇ ਕੰਮ ਨੂੰ ਕਰਦੇ ਨੇ। ਤਾਂ ਉਹਨਾਂ ਦਾ ਮਕਸਦ ਹੈ ਕਿ ਡੋਗਸ ਨੂੰ ਬਚਾਉਣਾ, ਕਿਉਂਕਿ ਇਹ ਸਾਡੀ ਕਮਿਊਨਿਟੀ ਦਾ ਇੱਕ ਪਾਰਟ ਹੈ, ਔਰ ਇਹਨਾਂ ਨੂੰ ਅਗਰ ਅਸੀਂ ਕੁਛ ਦੇਣਾ ਸ਼ੁਰੂ ਕਰਾਂਗੇ ਤਾਂ ਬਿਲਕੁਲ ਐਗਰੈਸਿਵ ਨਹੀਂ ਹੋਣਗੇ। ਪਰ ਇੱਕ ਡੋਗ ਲਵਰ ਮਹਿਲਾ ਦੀ ਇੱਕ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਅੱਜ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ। ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ, ਗ੍ਰੇਟ ਪੰਜਾਬ ਟੀਵੀ, ਅੰਮ੍ਰਿਤਸਰ।